ਸੁਣੀਏ ਕਿ ਗੀਤਾ ਜੈਲਦਾਰ ਜੀ ਕਹਿ ਰਹੇ ਨੇ ਹਾਂਜੀ ਆਪਣੇ ਕੋਲ ਆਡੀਓ ਵੈਬਸਾਈਟ ਕਿਹੜੀ ਹੈ ਪੇਂਡੂ ਜੱਟ ਓਕੇ ਓਕੇ ਬਰੋ ਉਹਨਾਂ ਨੇ ਆਡੀਓ 'ਚ ਇਹ ਕਿਹਾ ਵਾ ਵੀ ਆਹ ਗਾਣਾ ਭੇਜਿਆ ਸਾਨੂੰ ਲੀਕ ਕਰ ਆਹ ਗਾਣਾ ਭੇਜਿਆ ਸਾਨੂੰ ਲੀਕ ਕਰ ਤੇ ਜਦੋਂ ਕੋਈ ਰੋਡ 'ਤੇ ਦੀ ਸਕੂਟਰ ਮੋਟਰਸਾਈਕਲ ਲੰਘਣਾ ਇਹਨਾਂ ਨੇ ਉਹਦੇ ਮਗਰ ਭੌਂਕਦੇ ਜਾਣਾ ਹੁੰਦਾ 2-3 ਕਿਲੋਮੀਟਰ ਦੇ ਮਗਰ ਹੈਂ ਉੱਥੋਂ ਵਾਪਸ ਆ ਜਾਣਾ ਫੜਤਾ ਹੁੰਦਾ ਨਹੀਂ ਉਹ ਫਿਰ ਦੇਖੀ ਜਾਣਾ ਵੀ ਕੋਈ ਹੋਰ ਆਊਗਾ ਫਿਰ ਉਹਦੇ ਮਗਰ ਭੱਜ ਸਤਿ ਸ਼੍ਰੀ ਅਕਾਲ ਜੀ ਮੈਂ ਖੁਸ਼ੀ ਤੇ ਲੈ ਕੇ ਹਾਜ਼ਰ ਆ ਖਰੀਆਂ ਦੋਸਤੋ ਕੁਝ ਦਿਨ ਪਹਿਲਾਂ ਹੀ ਗੀਤਾ ਜੈਲਦਾਰ ਦਾ ਨਵਾਂ ਗਾਣਾ 4 ਪੈਕ ਸੋਸ਼ਲ ਮੀਡੀਆ ਤੇ ਪਬਲਿਸ਼ ਹੋਇਆ ਸੀ ਜਿਸ ਦੇ ਉੱਪਰ ਗੀਤਾ ਜੈਲਦਾਰ ਨੇ ਕਿਹਾ ਕਿ ਇਹ ਉਹਨਾਂ ਦਾ ਗਾਣਾ ਲੀਕ ਹੋਇਆ ਉੱਥੇ ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਦਾ ਦਾਅਵਾ ਹੈ ਕਿ ਇਹ ਗਾਣਾ ਗੀਤਾ ਜੈਲਦਾਰ ਨੇ ਖੁਦ ਲੀਕ ਕਰਵਾਇਆ ਹੈ ਸੁਣੀਏ ਕਿ ਗੀਤਾ ਜੈਲਦਾਰ ਜੀ ਕਹਿ ਰਹੇ ਨੇ ਹਾਂਜੀ ਆਪਣੇ ਕੋਲ ਆਡੀਓ ਵੈਬਸਾਈਟ ਕਿਹੜੀ ਹੈ ਪੇਂਡੂ ਜੱਟ ਓਕੇ ਓਕੇ ਬਰੋ ਉਹਨਾਂ ਨੇ ਆਡੀਓ 'ਚ ਇਹ ਕਿਹਾ ਵਾ ਵੀ ਆਹ ਗਾਣਾ ਭੇਜਿਆ ਸਾਨੂੰ ਲੀਕ ਕਰ ਦਿਓ ਠੀਕ ਆ ਤੇ ਬਾਅਦ 'ਚ ਜਦੋਂ ਗਾਣਾ ਲੀਕ ਕਰਾ ਲਿਆ ਗੀਤਾ ਜੈਲਦਾਰ ਜੀ ਨੇ ਲਿਖਦੇ ਨੇ ਜਿਉਂਦੇ ਵੱਸਦੇ ਰਹੋ ਲੀਕ ਕਰਨ ਵਾਲਿਓ ਆਹ ਗਾਣਾ ਅਸੀਂ ਗਾਣਾ ਹੋਰ ਬਣਾ ਅਸੀਂ ਗਾਣਾ ਹੋਰ ਬਣਾ ਲਾਂਗੇ ਕਿਆ ਬਾਤ ਹੈ ਐਕਟਿੰਗ ਕਰਦੇ ਕੁਝ ਦਿਨ ਪਹਿਲਾਂ ਹੀ ਗੀਤਾ ਜੈਲਦਾਰ ਦਾ ਨਵਾਂ ਗਾਣਾ 4 ਪੈਕ ਸੋਸ਼ਲ ਮੀਡੀਆ ਤੇ ਪਬਲਿਸ਼ ਹੋਇਆ ਸੀ ਤੇ ਪਬਲਿਸ਼ ਹੁੰਦਿਆਂ ਨਾਲ ਹੀ ਗਾਣਾ ਵਿਵਾਦਾਂ 'ਚ ਛਾ ਗਿਆ ਜਦੋਂ ਗੀਤਾ ਜੈਲਦਾਰ ਨੇ ਇੱਕ ਪੋਸਟ ਅਪਲੋਡ ਕੀਤੀ ਜਿਸ ਤੇ ਲਿਖਿਆ ਸੀ ਕਿ ਜਿਉਂਦੇ ਵੱਸਦੇ ਰਹੋ ਲੀਕ ਕਰਨ ਵਾਲਿਓ ਅਸੀਂ ਗਾਣਾ ਹੋਰ ਬਣਾ ਲਵਾਂਗੇ ਸੋ ਇਹਨਾਂ ਸਭ ਦੇ ਉੱਪਰ ਗੀਤਾ ਜੈਲਦਾਰ ਦਾ ਕੀ ਕਹਿਣਾ ਆਓ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੀਤਾ ਜੈਲਦਾਰ ਵੱਲੋਂ ਸਾਡਾ ਇੱਕ ਕੱਲ੍ਹ ਗਾਣਾ ਲੀਕ ਹੋਇਆ 4 ਪੈਗ ਤੇ ਬਹੁਤ ਅਸੀਂ ਮਿਹਨਤ ਨਾਲ ਗਾਣਾ ਬਣਾ ਰਹੇ ਸੀ ਹਲੇ ਬਣਿਆ ਨਹੀਂ ਸੀ ਸੋ ਕਿਸੇ ਕਾਰਨ ਕਰਕੇ ਬਾਹਰ ਆ ਗਿਆ ਸੋ ਅਸੀਂ ਲੱਭਣ ਦੀ ਟਰਾਈ ਕਰ ਰਹੇ ਹਾਂ ਬਟ ਕੁਛ ਲੋਕ ਇਹ ਰੌਲਾ ਪਾ ਰਹੇ ਨੇ ਕਿ ਜੀ ਇਹਨਾਂ ਨੇ ਆਪ ਕਰ ਦਿੱਤਾ ਉਹਨਾਂ ਨੂੰ ਪਾਉਣ ਦਿਓ ਰੌਲਾ ਉਹਨਾਂ ਦੀ ਮੈਂ ਪਰਵਾਹ ਨਹੀਂ ਕਰਦਾ ਪੈਸੇ ਸਾਡੇ ਲੱਗੇ ਹੋਏ ਸੀ ਗਾਣੇ 'ਤੇ ਸੋ ਤੁਹਾਨੂੰ ਇੱਕ ਸਟੋਰੀ ਸੁਣਾਉਣਾ ਇਹ ਜਿਹੜੇ 2-4 ਰੌਲਾ ਪਾਉਂਦੇ ਨੇ ਭੌਂਕ ਰਹੇ ਨੇ ਇਹਨਾਂ ਬਾਰੇ ਹਰੇਕ ਪਿੰਡ ਦੇ ਮੋੜ 'ਤੇ ਇੱਕ ਹੱਡਾ ਰੋੜੀ ਹੁੰਦੀ ਹੈ ਜਿੱਥੇ ਕਿ ਮਰੇ ਪਸ਼ੂਆਂ ਨੂੰ ਵਿਚਾਰਿਆਂ ਨੂੰ ਸਿੱਟਿਆ ਜਾਂਦਾ ਉੱਥੇ 50-60 ਕੁੱਤੇ ਹੁੰਦੇ ਨੇ ਉਹਨਾਂ ਦਾ ਮਾਸ ਖਾਣ ਨੂੰ ਖੜੇ ਹੀ ਰਹਿੰਦੇ ਨੇ ਅਤੇ ਉਹਨਾਂ 50-60 ਕੁੱਤਿਆਂ ਦੇ ਕੋਈ ਵਿੱਚੋਂ 4 ਕੁੱਤੇ ਉਹ ਹੁੰਦੇ ਨੇ ਬਈ ਜਿਹੜੇ ਜਦੋਂ ਕੋਈ ਰੋਡ 'ਤੇ ਦੀ ਸਕੂਟਰ ਮੋਟਰਸਾਈਕਲ ਲੰਘਣਾ ਇਹਨਾਂ ਨੇ ਉਹਦੇ ਮਗਰ ਭੌਂਕਦੇ ਜਾਣਾ ਹੁੰਦਾ 2-3 ਕਿਲੋਮੀਟਰ ਦੇ ਮਗਰ ਹੈਂ ਉੱਥੋਂ ਵਾਪਸ ਆ ਜਾਣਾ ਫੜਤਾ ਹੁੰਦਾ ਨਹੀਂ ਉਹ ਫਿਰ ਦੇਖੀ ਜਾਣਾ ਵੀ ਕੋਈ ਹੋਰ ਆਊਗਾ ਫਿਰ ਉਹਦੇ ਮਗਰ ਭੱਜਣਾ ਸੋ ਇਹਨਾਂ ਲੋਕਾਂ ਨੂੰ ਜਿਹੜੇ 2-4 ਬੰਦੇ ਰੌਲਾ ਪਾ ਰਹੇ ਨੇ ਬਕਵਾਸ ਕਰ ਰਹੇ ਨੇ ਇਹਨਾਂ ਨੂੰ ਮੈਂ ਉਹਨਾਂ ਕੁੱਤਿਆਂ ਦੀ ਕੈਟਾਗਰੀ 'ਚ ਮੰਨਦਾ ਬਾਕੀ ਮੇਰੇ ਫੈਨਸ ਪਰਵਾਹ ਨਾ ਤੁਸੀਂ ਕਰੋ ਤੁਸੀਂ ਗਾਣਾ ਸੁਣੋ ਆਪਾਂ ਦੁਬਾਰਾ ਫਿਰ ਮਿਊਜ਼ਿਕ ਬਣਾ ਕੇ ਰਿਲੀਜ਼ ਕਰਾਂਗੇ ਚੱਕ ਦਿਓ ਸੋ ਦੇਖਿਆ ਦੋਸਤੋ ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਦੀ ਲੜਾਈ ਤੋਂ ਬਾਅਦ ਹੁਣ ਸ਼ਹਿਨਾਜ਼ ਗਿੱਲ ਤੇ ਗੀਤਾ ਜੈਲਦਾਰ ਦੀ ਲੜਾਈ ਸ਼ੁਰੂ ਹੋ ਗਈ ਹੈ ਸੋ ਦੋਸਤੋ ਤੁਸੀਂ ਇਹਨਾਂ ਸਾਰੇ ਵਿਵਾਦਾਂ ਦੇ ਪਿੱਛੇ ਕੀ ਕਾਰਨ ਸਮਝਦੇ ਹੋ ਕਮੈਂਟ ਕਰਕੇ ਜ਼ਰੂਰ ਦੱਸੋ